ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤ ਤੇ ਦੋਸਤੋ ਅੱਜ ਦੀ ਵੀਡੀਓ ਜੇ ਆਪਾਂ ਕਰਾਂਗੇ ਜੀ ਹਿਸਟਰੀ ਯਾਨੀ ਕਿ ਇਤਿਹਾਸ ਦੇ ਇੰਪੋਰਟਡ ਐਮਸੀਕਿਊ ਇਸ ਤੋਂ ਪਹਿਲਾਂ ਹਿਸਟਰੀ ਦਾ ਫਰਸਟ ਪਾਰਟ ਅਪਲੋਡ ਹੋ ਚੁੱਕਿਆ ਜੀ ਜੇਕਰ ਤੁਸੀਂ ਉਹ ਪਾਰਟ ਨਹੀਂ ਵੇਖਿਆ ਤਾਂ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਉਸ ਦਾ ਲਿੰਕ ਮਿਲ ਜਾਏਗਾ ਉੱਥੋਂ ਜਾ ਕੇ ਤੁਸੀਂ ਇਹ ਵੀਡੀਓ ਵੇਖ ਸਕਦੇ ਹੋ ਇਸ ਤੋਂ ਇਲਾਵਾ ਜੀਓਗ੍ਰਾਫੀ ਇਕਨੋਮਿਕਸ ਤੇ हिस्टरी वगैरह के बाकी पार्ट भी अपलोड ने जाके चो वेख सकते ना हो, नाले गल होर जेकर चैनल पर पहली बार विजिट कर रहे हो तो चैनल में जरूर सबसक्राइब करो और नाल लगे आइकन भी प्रेस करो तो हरेक नई भीडियो की नोटिफिशन टाइम न मिल सके हाँ जी स्टार्ट कर अज की भीडियो हाँ जी स्टार्ट कर फस्ट क्वेश्चन तो ਬਾਬਾ ਬਕਾਲਾ ਅਸਲ ਵਿੱਚ ਕੌਣ ਸਨ ਹਾਂਜੀ ਬਾਬਾ ਬਕਾਲਾ ਦੇ ਨਾਂ ਨਾਲ ਕਿਸ ਗੁਰੂ ਸਾਹਿਬਾਨ ਨੂੰ ਜਾਣਿਆ ਜਾਂਦਾ ਸੀ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਜੀ ਗੁਰੂ ਤੇਗ ਬਹਾਦਰ ਜੀ ਸੈਕਿੰਡ ਦਿੱਤਾ ਹੈ ਗੁਰੂ ਹਰਿਕ੍ਰਿਸ਼ਨ ਜੀ ਥਰਡ ਆਪਣੇ ਕੋਲ ਹੈਗਾ ਗੁਰੂ ਗੋਬਿੰਦ ਸਿੰਘ ਜੀ ਤੇ ਫੋਰਥ ਹੈਗਾ ਗੁਰੂ ਅਮਰਦਾਸ ਜੀ ਤਾਂ ਹਾਂਜੀ ਬਾਬਾ ਬਕਾਲਾ ਅਸਲ ਵਿੱਚ ਕੌਣ ਸਨ ਗੁਰੂ ਤੇਗ ਬਹਾਦਰ ਜੀ ਤਾਂ ਇਸ ਕੁਸ਼ਣ ਦਾ ਆਪਣਾ ਫਰਸਟ ਆਪਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਫਰਸਟ ਆਪਸ਼ਨ ਦਿੱਤਾ ਹੈ ਕਰਤਾਰਪੁਰ ਵਿਖੇ ਸੈਕੰਡ ਆਪਸ਼ਨ ਆਪਣੇ ਕੋਲ ਹੈਗਾ ਪਟਨਾ ਵਿਖੇ ਥਰਡ ਦਿੱਤਾ ਹੈ ਦਿੱਲੀ ਵਿਖੇ ਤੇ ਫੋਰਥ ਹੈਗਾ ਤਰਨਤਾਰਨ ਵਿਖੇ ਹਾਂਜੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਨਮ ਹੋਇਆ ਸੀ ਉਹ ਹੋਇਆ ਸੀ ਜੀ ਪਟਨਾ ਵਿਖੇ ਇਸ ਕੁਐਸਚਨ ਦਾ অপশন বি ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਪਟਨਾ ਨੈਕਸਟ ਕੁਐਸਚਨ ਵੱਲ ਚਲਦੇ ਆ ਨੈਕਸਟ ਕੁਐਸਚਨ ਆਂਦਾ ਹੈ ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾਇਆ ਸਨ ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾਇਆ ਸਨ ਫਰਸਟ অপਸ਼ਨ ਦਿੱਤਾ ਹੈ 1564 ਇਸਵੀ ਵਿੱਚ ਸੈਕੰਡ ਆਪਣੇ ਕੋਲ অপਸ਼ਨ ਹੈਗਾ 1538 ਇਸਵੀ ਵਿੱਚ ਥਰਡ ਦਿੱਤਾ ਹੈ 1546 ਇਸਵੀ ਵਿੱਚ ਤੇ ਫੋਰਥ ਹੈਗਾ 1574 ਈਸਵੀ ਵਿੱਚ ਹਾਂਜੀ ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾ ਗਏ ਸਨ 1574 ਈਸਵੀ ਵਿੱਚ ਤਾਂ ਇਸ ਕੁਸ਼ਣ ਦਾ ਜਿਹੜਾ ਡੀ ਆਪਸ਼ਨ ਹੈ ਆਪਣਾ ਉਹ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਨੈਕਸਟ ਕੁਸ਼ਣ ਹੈਗਾ ਗੁਰੂ ਗੱਦੀ ਨੂੰ ਜੱਦੀ ਰੂਪ ਕਿਸ ਗੁਰੂ ਸਾਹਿਬਾਨ ਨੇ ਦਿੱਤਾ ਸੀ ਗੁਰੂ ਗੱਦੀ ਨੂੰ ਜੱਦੀ ਰੂਪ ਕਿਸ ਗੁਰੂ ਸਾਹਿਬਾਨ ਨੇ ਦਿੱਤਾ ਸੀ ਫਰਸਟ ਆਪਸ਼ਨ ਹੈਗਾ ਆਪਣੇ ਕੋਲ ਗੁਰੂ ਅਮਰਦਾਸ ਜੀ ਸੈਕਿੰਡ ਦਿੱਤਾ ਹੈ ਜੀ ਗੁਰੂ ਰਾਮਦਾਸ ਜੀ ਥਰਡ ਆਪਸ਼ਨ ਹੈਗਾ ਗੁਰੂ ਗੋਬਿੰਦ ਸਿੰਘ ਜੀ ਤੇ ਫੋਰਥ ਦਿੱਤਾ ਹੈ ਗੁਰੂ ਤੇਗ ਬਹਾਦਰ ਜੀ ਹਾਂਜੀ ਗੁਰੂ ਗੱਦੀ ਨੂੰ ਜੱਦੀ ਰੂਪ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ ਇਸ ਕੁਐਸਚਨ ਦਾ ਜਿਹੜਾ ਆਪਸ਼ਨ ਫਰਸਟ ਆਪਣਾ ਉਹ ਕਰੈਕਟ ਹੋ ਜਾਵੇਗਾ ਗੁਰੂ ਅਮਰਦਾਸ ਜੀ ਨੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆਂਦਾ ਹੈ ਆਦੀ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਗੁਰੂ ਸਾਹਿਬਾਨ ਨੇ ਕੀਤਾ ਸੀ ਹਾਂਜੀ ਆਦੀ ਗ੍ਰੰਥ ਸਾਹਿਬ ਦਾ ਸੰਕਲਨ ਕਿਹੜੇ ਗੁਰੂ ਸਾਹਿਬਾਨ ਨੇ ਕੀਤਾ ਸੀ ਫਸਟ ਆਪਸ਼ਨ ਦਿੱਤਾ ਹੈ ਗੁਰੂ ਅਮਰਦਾਸ ਜੀ ਨੇ ਸੈਕੰਡ ਆਪਸ਼ਨ ਹੈਗਾ ਗੁਰੂ ਅਰਜਨ ਦੇਵ ਜੀ ਨੇ ਥਰਡ ਆਪਸ਼ਨ ਦਿੱਤਾ ਹੈ ਜੀ ਗੁਰੂ ਰਾਮਦਾਸ ਜੀ ਨੇ ਤੇ ਫੋਰਥ ਹੈਗਾ ਗੁਰੂ ਤੇਗ ਬਹਾਦਰ ਜੀ ਨੇ ਹਾਂਜੀ ਆਦੀ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੇ ਤੇ ਇਸ ਕੁਐਸਚਨ ਦਾ অপਸ਼ਨ B ਹੈ ਜਿਹੜਾ ਆਪਣਾ ਉਹ ਕਰੈਕਟ ਹੋ ਜਾਵੇਗਾ ਗੁਰੂ ਅਰਜਨ ਦੇਵ ਜੀ ਨੇ ਨੈਕਸਟ ਕੁਐਸਚਨ ਹੈਗਾ ਹਾਂਜੀ ਆਪਣਾ ਨੈਕਸਟ ਕੁਐਸਚਨ ਹੁੰਦਾ ਹੈ ਰਮੇਂਦਰ ਸਾਹਿਬ ਦਾ ਪਹਿਲਾ ਗ੍ਰੰਥੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਪਾਈ ਪ੍ਰਿਥਿਆ ਨੂੰ ਸੈਕੰਡ ਦਿੱਤਾ ਹੈ ਸ਼੍ਰੀ ਮਹਾਦੇਵ ਜੀ ਨੂੰ ਥਰਡ ਆਪਸ਼ਨ ਹੈਗਾ ਬਾਬਾ ਪੁੱਢਾ ਜੀ ਨੂੰ ਤੇ ਫੋਰਥ ਦਿੱਤਾ ਹੈ ਨੱਥਾ ਮਲ ਜੀ ਨੂੰ ਹਾਂਜੀ ਹਰਮਿੰਦਰ ਸਾਹਿਬ ਦਾ ਜਿਹੜਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ ਉਹ ਕੀਤਾ ਗਿਆ ਸੀ ਬਾਬਾ ਬੁੱਢਾ ਜੀ ਨੂੰ ਤਾਂ ਇਸ ਕੁਸ਼ਚਨ ਦਾ অপਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਦਿੱਲੀ ਵਿਖੇ ਗੁਰੂ ਹਰਿਰਾਇ ਜੀ ਕਿਸ ਦੇ ਕਰ ਠਹਿਰੇ ਸਨ ਹਾਂਜੀ ਦਿੱਲੀ ਵਿਖੇ ਗੁਰੂ ਹਰਿਰਾਇ ਜੀ ਕਿਸ ਦੇ ਕਰ ਠਹਿਰੇ ਸਨ ਸਾਡੇ ਕੋਲ ਚਾਰ অপਸ਼ਨ ਨੇ ਫਸਟ ਹੈਗਾ ਰਾਜਾ ਜੇਜ ਸਿੰਘ ਦੇਕਰ ਸੈਕਿੰਡ ਦਿੱਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇਕਰ ਥਰਡ ਹੈਗਾ ਵਿਰਾਗੀ ਭਗਤਗੀਰ ਦੇਕਰ ਤੇ ਫੋਰਥ ਦਿੱਤਾ ਹੈ ਮੁਗਲ ਸ਼ਾਸਕ ਜਹਾਂਗੀਰ ਦੇਕਰ ਤਾਂ ਦਿੱਲੀ ਵਿਖੇ ਗੁਰੂ ਹਰ Rai ਜੀ ਜਿਹਨਾਂ ਦੇ ਇਕੱਠੇ ਰਹੇ ਸਨ ਉਹ ਸੰਜੀ ਰਾਜਾ ਜੇਜ ਸਿੰਘ ਇਸ ਕੁਸ਼ਣ ਦਾ ਫਸਟ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਆਂਦਾ ਹੈ ਗੁਰੂ ਗੋਬਿੰਦ राय ਜੀ ਦਾ ਜਨਮ ਕਦੋਂ ਹੋਇਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੋਇਆ ਸੀ 22 ਦਸੰਬਰ 1664 ਇਸ ਵਿੱਚ ਪਟਨਾ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਂ ਸੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੀ ਮਾਤਾ ਦਾ ਨਾਂ ਸੀ ਮਾਤਾ ਗੁਜਰੀ ਜੀ ਤਾਂ ਇਸ ਕੁਐਸਚਨ ਦਾ ਜਿਹੜਾ ਆਪਣਾ ਸੈਕੰਡ ਆਪਸ਼ਨ ਹੈ ਉਹ ਕਰੈਕਟ ਹੋ ਜਾਵੇਗਾ 22 ਦਸੰਬਰ 1664 ਨੈਕਸਟ ਕੁਐਸ਼ਨ ਵੱਲ ਚਲਦੇ ਆਂ ਨੈਕਸਟ ਕੁਐਸ਼ਨ ਹੈਗਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਕਿੰਨਾ ਤੋਂ ਲਈ ਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਆਪਣੇ ਮੁੱਢਲੇ 5 ਸਾਲ ਦੀ ਉਹ ਪਟਨਾ ਵਿੱਚ ਬਿਤਾਏ ਸਨ ਉਹਨਾਂ ਨੇ ਜਿਹੜੀ ਫਾਰਸੀ ਭਾਸ਼ਾ ਸਿੱਖੀ ਸੀ ਉਹ ਸਿੱਖੀ ਸੀ ਕਾਜੀ ਪੀਰ ਮੁਹੰਮਦ ਤੋਂ ਅਤੇ ਗੁਰਮੁਖੀ ਦੀ ਸਿੱਖਿਆ ਜਿਹੜੀ ਪ੍ਰਾਪਤ ਕੀਤੀ ਸੀ ਭਾਈ ਸਾਹਿਬ ਚੰਦ ਤੋਂ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਸੰਸਕ੍ਰਿਤ ਦਾ ਜਿਹੜਾ ਗਿਆਨ ਪ੍ਰਾਪਤ ਕੀਤਾ ਸੀ ਪੰਡਿਤ ਹਜ਼ਰਤ ਤੋਂ ਅਤੇ ਘੋੜਸਵਾਰੀ ਅਤੇ ਹਥਿਆਰ ਚਲਾਉਣ ਦਾ ਜਿਹੜਾ ਗਿਆਨ ਪ੍ਰਾਪਤ ਕੀਤਾ ਸੀ ਬੱਜਰ ਸਿੰਘ ਨਾਂ ਦੇ ਜਿਹੜੇ ਰਾਜਪੁੱਤੋਂ ਇਸ ਕੁਸ਼ਣ ਦਾ ਜਿਹੜਾ ਆਪਣਾ ਡੀ ਆਪਸ਼ਨ ਆ ਉਹ ਕਰੈਕਟ ਹੋ ਜਾਵੇਗਾ ਉੱਪਰ ਦੱਸੇ ਸਾਰੇ ਕਿਉਂਕਿ ਉਹਨਾਂ ਨੇ ਕਾਜੀ ਪੀਰ ਮੁਹੰਮਦ ਤੋਂ ਜਿਹੜੀ ਫਾਰਸੀ ਸਿੱਖੀ ਸੀ ਤੇ ਪੰਡਿਤ ਹਜ਼ਰਤ ਤੋਂ ਜਿਹੜੀ ਉਹਨਾਂ ਨੇ ਉਹ ਸਿੱਖੀ ਸੀ ਜਿਹੜੀ ਸੰਸਕ੍ਰਿਤ ਦਾ ਗਿਆਨ ਕੀਤਾ ਸੀ ਤੇ ਪਾਈ ਸੱਤੀਦਾਸ ਤੋਂ ਉਹਨਾਂ ਨੇ ਜਿਹੜੀ ਗੁਰਮੁਖੀ ਸਿੱਖੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਹਥਿਆਰ ਚਲਾਉਣੇ ਤੇ ਘੋੜਸਵਾਰੀ ਸਿੱਖੀ ਸੀ ਬੱਜਰ ਸਿੰਘ ਨਾਂ ਦੇ ਰਾਜਪੂਤ ਤੋਂ ਤੇ ਇਸ ਕੁਸ਼ਚਨ ਦਾ ਆਪਣਾ ਡੀ ਆਪਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਹਾਂਜੀ ਨੈਕਸਟ ਕੁਸ਼ਚਨ ਆਦਾ ਹੈ ਖਾਲਸਾ ਦੀ ਸਾਜਨਾ ਕਿੱਥੇ ਹੋਈ ਸੀ ਤੇ ਖਾਲਸਾ ਦੀ ਜਿਹੜੀ ਸਥਾਪਨਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇਹ ਕੀਤੀ ਸੀ ਜੀ 1699 ਵਿੱਚ ਤੇ ਖਾਲਸਾ ਦੀ ਸਥਾਪਨਾ ਦੇ ਤਿੰਨ ਮੁੱਖ ਉਦੇਸ਼ ਰਹੇ ਸਨ ਫਸਸੀ ਮੁਗਲਾਂ ਦੇ ਵੱਧੇ ਹੋਏ ਜ਼ੁਲਮਾਂ ਤੋਂ ਛੁਟਕਾਰਾ ਪਾਉਣਾ ਸੈਕਿੰਡ ਸੀ ਜਾਤੀ ਪ੍ਰਥਾ ਦੇ ਨੁਕਸਾਨ ਨੂੰ ਖਤਮ ਕਰਨਾ ਅਤੇ ਨੁਕਸਦਾਰ ਮਨਸਤ ਪ੍ਰਥਾ ਦਾ ਅੰਤ ਕਰਨਾ ਤੇ ਖਾਲਸਾ ਦੀ ਜਿਹੜੀ ਸਾਜਨਾ ਹੋਈ ਸੀ ਉਹ ਹੀ ਸੀ ਜੀ ਆਨੰਦਪੁਰ ਸਾਹਿਬ ਵਿਖੇ ਐਸ ਕੁਸ਼ਣ ਦਾ ਆਪਣਾ ਸੀ ਆਪਸ਼ਨ ਹੈ ਉਹ கரੈਕਟ ਹੋ ਜਾਵੇਗਾ ਆਨੰਦਪੁਰ ਸਾਹਿਬ ਵਿਖੇ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਸ਼ਣ ਹੈਗਾ ਪੰਗਾਣੀ ਦਾ ਯੁੱਧ ਕਦੋਂ ਹੋਇਆ ਸੀ ਪੰਗਾਣੀ ਦਾ ਯੁੱਧ ਹੈਗਾ ਜਿਹੜਾ ਪਹਾੜੀ ਰਾਜਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਇਆ ਸੀ ਤੇ ਇਹ ਹੋਇਆ ਸੀ 1688 ਈਸਵੀ ਵਿੱਚ। ਇਸ ਕੁਐਸਚਨ ਦਾ ਸੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ ਵਿੱਚ ਮੁਗਲ ਸੈਨਾ ਨੂੰ ਕਦੋਂ ਹਰਾਇਆ ਸੀ? ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ ਵਿੱਚ ਮੁਗਲ ਸੈਨਾ ਨੂੰ ਹਰਾਇਆ ਸੀ 1705 ਈਸਵੀ ਵਿੱਚ। ਇਸ ਕੁਐਸਚਨ ਦਾ ਡੀ ਹੈ ਜਿਹੜਾ ਆਪਸ਼ਨ ਆਪਣਾ ਕਰੈਕਟ ਹੋ ਜਾਵੇਗਾ। ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ। ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਚਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਨੈਕਸਟ ਕੁਐਸਚਨ ਹੁੰਦਾ ਆਪਣਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿੱਚ ਸਿੱਖਾਂ ਦੀ ਅਗਵਾਈ ਕਰਨ ਲਈ ਕਿਸ ਨੂੰ ਭੇਜਿਆ ਸੀ ਫਸਟ ਆਪਸ਼ਨ ਦਿੱਤਾ ਹੈ ਵਜੀਰ ਖਾਨ ਨੂੰ ਸੈਕੰਡ ਦਿੱਤਾ ਹੈ ਜੱਸਾ ਸਿੰਘ ਨੂੰ ਥਰਡ ਹੈਗਾ ਜੀ ਬੰਦਾ ਸਿੰਘ ਬਹਾਦਰ ਨੂੰ ਤੇ ਫੋਰਥ ਦਿੱਤਾ ਹੈ ਸਰਦਾਰ ਰਜਿੰਦਰ ਸਿੰਘ ਨੂੰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿੱਚ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ ਸੀ ਬੰਦਾ ਸਿੰਘ ਬਹਾਦਰ ਜੀ ਨੂੰ ਇਸ ਕੁਸ਼ਣ ਦਾ অপਸ਼ਨ ਨੰਬਰ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਣ ਹੈਗਾ ਵਜੀਰ ਖਾਨ ਤੇ ਬੰਦਾ ਸਿੰਘ ਬਹਾਦਰ ਦਾ ਯੁੱਧ ਕਿਸ ਸਥਾਨ ਤੇ ਹੋਇਆ ਸੀ ਵਜੀਰ ਖਾਨ ਤੇ ਬੰਦਾ ਸਿੰਘ ਬਹਾਦਰ ਦਾ ਯੁੱਧ ਕਿਸ ਸਥਾਨ ਤੇ ਹੋਇਆ ਸੀ ਫਰਸਟ অপਸ਼ਨ ਦਿੱਤਾ ਹੈ ਚੱਪੜ ਜੜੀ ਸੈਕਿੰਡ ਹੈਗਾ ਸਰਹਿੰਦ ਥਰਡ অপਸ਼ਨ ਦਿੱਤਾ ਹੈ ਸੰਡੋਰਾ ਤੇ ਫੋਰਥ ਹੈਗਾ ਸਮਾਣਾ ਹਾਂਜੀ ਵਜ਼ੀਰ ਖਾਂ ਤੇ ਬੰਦਾ ਸਿੰਘ ਬਹਾਦਰ ਦਾ ਜਿਹੜਾ ਯੁੱਧ ਹੋਇਆ ਸੀ ਉਹ ਹੋਇਆ ਸੀ ਜੀ ਚੱਪੜਚੜੀ ਵਿੱਚ অপਸ਼ਨ ਫਸਟ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਦੋਂ ਹੋਈ ਸੀ ਫਸਟ অপਸ਼ਨ ਦਿੱਤਾ ਹੈ 1761 ਈਸਵੀ ਵਿੱਚ ਸੈਕਿੰਡ ਦਿੱਤਾ ਹੈ 1716 ਈਸਵੀ ਵਿੱਚ ਥਰਡ ਹੈਗਾ 1750 ਇਸਵੀ ਚ ਤੇ 4 ਦਿੱਤਾ ਹੈ 1756 ਇਸਵੀ ਚ ਹਾਂਜੀ ਬੰਦਾ ਸਿੰਘ ਬਹਾਦਰ ਜੀ ਨੂੰ ਸਹੀਦੀ ਜਿਹੜੀ ਪ੍ਰਾਪਤ ਹੋਈ ਸੀ ਉਹ ਹਿੱਸੀ 1716 ਇਸਵੀ ਚ ਤਾਂ ਇਸ ਕੁਐਸਚਨ ਦਾ ਆਪਸ਼ਨ ਬੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਹੈਗਾ ਪੰਗੀ ਮਿਸਲ ਦੇ ਸਰਦਾਰਾਂ ਅਦਿਨ ਇਲਾਕਾ ਕਿਹੜਾ ਸੀ ਪੰਗੀ ਮਿਸਲ ਦੇ ਸਰਦਾਰਾਂ ਅਦਿਨ ਇਲਾਕਾ ਕਿਹੜਾ ਸੀ ਫਰਸਟ ਆਪਸ਼ਨ ਦਿੱਤਾ ਹੈ ਲਾਹੌਰ ਸੇਕਲ ਆਪਣੇ ਕੋਲ ਹੈਗਾ ਜੀ ਗੁਜਰਾਤ 3rd ਦੀ ਤੈ ਸਿਆਲਕੋਟ ਤੇ 4th ਤੇ ਉੱਪਰ ਦੱਸੇ ਸਾਰੇ ਹਾਂਜੀ ਪੰਗੀ ਮਿਸਲ ਦੇ ਸਰਦਾਰਾਂ ਦੇ ਜਿਹੜੇ ਅਧীন ਲੱਗੇ ਸਨ ਉਹ ਇਹ ਸਾਰੇ ਸਨ ਲਾਹੌਰ ਗੁਜਰਾਤ ਤੇ ਸਿਆਲਕੋਟ ਤਾਂ ਇਸ ਕੁਐਸਚਨ ਦਾ অপਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਉੱਪਰ ਦੱਸੇ ਸਾਰੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਆਲੂ ਵਾਲਿਆ ਮਿਸਲ ਦਾ ਮੋਢੀ ਕੌਣ ਸੀ ਫੇਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਆਲੂ ਵਾਲਿਆ ਮਿਸਲ ਦਾ ਮੋਢੀ ਕੌਣ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਕਰੋੜਾ ਸਿੰਘ ਸੈਕੰਡ ਦਿੱਤਾ ਹੈ ਰਣਜੀਤ ਸਿੰਘ ਥਰਡ ਦਿੱਤਾ ਹੈ ਜੱਸਾ ਸਿੰਘ ਤੇ ਫੋਰਥ ਹੈਗਾ ਮਹਾਂ ਸਿੰਘ ਤਾਂ ਇਸ ਕੁਐਸਚਨ ਦਾ ਆਪਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਜੱਸਾ ਸਿੰਘ ਆਲੂ ਵਾਲਿਆ ਮਿਸਲ ਦਾ ਜਿਹੜਾ ਮੋਢੀ ਸੀ ਉਹ ਸੀ ਜੀ ਜੱਸਾ ਸਿੰਘ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਆਂਦਾ ਹੈ ਰੰਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ? ਰੰਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ? ਤਾਂ ਰੰਜੀਤ ਸਿੰਘ ਦਾ ਜਨਮ 13 ਨਵੰਬਰ 1780 ਵਿੱਚ ਗੁਜਰਾਵਾਲੇ ਵਿੱਚ ਹੋਇਆ ਸੀ। ਉਹਨਾਂ ਦੇ ਜਿਹੜੇ ਪਿਤਾ ਦਾ ਨਾਮ ਸੀ ਮਹਾ ਸਿੰਘ ਜੋ ਕਿ ਸ਼ੁਕਰਚੱਕਿਆ ਮਿਸਲ ਦੇ ਸਰਦਾਰ ਸਨ ਤੇ ਮਾਤਾ ਦਾ ਨਾਮ ਸੀ ਜੀ ਰਾਜਕੋਹ। ਤਾਂ ਇਸ ਕੁਸ਼ਨ ਦਾ ਆਪਸ਼ਨ ਫਰਸਟ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ 13 ਨਵੰਬਰ 1780 ਵਿੱਚ। ਨੈਕਸਟ ਕੁਐਸ਼ਨ ਹੈਗਾ ਰਣਜੀਤ ਸਿੰਘ ਦੀ ਪਤਨੀ ਕੌਣ ਸੀ ਰਣਜੀਤ ਸਿੰਘ ਜੀ ਦੀ ਪਤਨੀ ਕੌਣ ਸੀ ਫਰਸਟ ਆਪਸ਼ਨ ਹੈਗਾ ਪ੍ਰਕਾਸ਼ ਕੌਰ ਸੈਕੰਡ ਦਿੱਤਾ ਜੀ ਸਦਾ ਕੌਰ ਥਰਡ ਆਪਸ਼ਨ ਹੈਗਾ ਦਇਆ ਕੌਰ ਤੇ ਫੋਰਥ ਹੈਗਾ ਮਹਿਤਾਬ ਕੌਰ ਤਾਂ ਇਸ ਕੁਐਸ਼ਨ ਦਾ ਜਿਹੜਾ ਆਪਸ਼ਨ ਡੀ ਹੈ ਆਪਣਾ ਕਰੈਕਟ ਹੋ ਜਾਵੇਗਾ ਮਹਿਤਾਬ ਕੌਰ ਰਣਜੀਤ ਸਿੰਘ ਜੀ ਦੀ ਪਤਨੀ ਦਾ ਨਾਮ ਸੀ ਮਹਿਤਾਬ ਕੌਰ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਸਰਦਨ ਨੈਕਸਟ ਕੁਐਸਚਨ ਆ ਜਾਂਦਾ ਜੀ ਡੱਲੇ ਵਾਲਿਆਂ ਮਿਸਲ ਦਾ ਨੇਤਾ ਕੌਣ ਸੀ ਫਸਟ ਆਪਸ਼ਨ ਦਿੱਤਾ ਹੈ ਬినੋਦ ਸਿੰਘ ਸੈਕੰਡ ਦਿੱਤਾ ਹੈ ਤਾਰਾ ਸਿੰਘ ਖੇਪਾ ਸੀ ਆਪਸ਼ਨ ਹੈਗਾ ਅਬਦੂਸ਼ ਸੰਮਦ ਤੇ 4 ਦਿੱਤਾ ਹੈ ਨਵਾਬ ਕਪੂਰ ਸਿੰਘ ਤੇ ਡੱਲੇ ਵਾਲਿਆਂ ਮਿਸਲ ਦਾ ਜਿਹੜਾ ਨੇਤਾ ਸੀ ਉਹ ਸੀ ਜੀ ਤਾਰਾ ਸਿੰਘ ਖੇਪਾ ਇਸ ਕੁਐਸਚਨ ਦਾ ਆਪਸ਼ਨ B ਹੈ ਜਿਹੜਾ ਆਪਣਾ ਕਰੈਕਟ ਹੋ ਜਾਏਗਾ ਤਾਰਾ ਸਿੰਘ ਖੇਪਾ ਨੈਕਸਟ ਕੁਐਸਚਨ ਵੱਲ ਚਲਦੇ ਆ ਰਣਜੀਤ ਸਿੰਘ ਨੇ ਲਾਹੌਰ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ ਰਣਜੀਤ ਸਿੰਘ ਨੇ ਲਾਹੌਰ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ ਫਸਟ ਆਪਸ਼ਨ ਹੈਗਾ 1801 ਈਸਵੀ ਚ ਸੈਕਿੰਡ ਦਿੱਤਾ ਜੀ 1812 ਈਸਵੀ ਚ ਥਰਡ ਹੈਗਾ 1799 ਈਸਵੀ ਚ ਤੇ ਫੋਰਥ ਹੈਗਾ 1780 ਈਸਵੀ ਚ ਹਾਂਜੀ ਰਣਜੀਤ ਸਿੰਘ ਨੇ ਲਾਹੌਰ ਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ 1799 ਈਸਵੀ ਚ ਤਾਂ ਇਸ ਕੁਐਸਚਨ ਦਾ ਆਪਸ਼ਨ ਸੀ ਹੈ ਜਿਹੜਾ ਆਪਾਂ ਕੋਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਹੈਗਾ ਬਾਲ ਰਣਜੀਤ ਸਿੰਘ ਨੇ ਕਿਸ ਚੱਠਾ ਸਰਦਾਰ ਨੂੰ ਮਾਰ ਸੁੱਟਿਆ ਸੀ ਹਾਂਜੀ ਬਾਲ ਰਣਜੀਤ ਸਿੰਘ ਨੇ ਕਿਸ ਚੱਠਾ ਸਰਦਾਰ ਨੂੰ ਮਾਰ ਸੁੱਟਿਆ ਸੀ ਫਸਟ অপਸ਼ਨ ਦਿੱਤਾ ਜੀ ਚੇਤ ਸਿੰਘ ਸੈਕੰਡ ਦਿੱਤਾ ਹੈ ਅਸ਼ਮਦ ਖਾਨ ਨੂੰ ਥਰਡ অপਸ਼ਨ ਹੈਗਾ ਮੋਰ ਸਿੰਘ ਨੂੰ ਤੇ ਫੋਰਥਕ ਹੈ ਮੁਹੰਮਦ ਖਾਨ ਨੂੰ ਤਾਂ ਇਸ ਕੁਐਸਚਨ ਦਾ ਜਿਹੜਾ ਕੋਰੈਕਟ ਆਨਸਰ ਹੋ ਜਾਏਗਾ অপਸ਼ਨ ਨੰਬਰ ਬੀ ਅਸਮਤ ਖਾਨ ਬੀ ਆਪਸ਼ਨ ਹੈ ਜਿਹੜਾ ਇਸ ਕੁਸ਼ਨ ਦਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਨ ਵੱਲ ਚਲਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕੀ ਸੀ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈਗਾ ਜੀ ਫਸਟ ਆਪਸ਼ਨ ਦਿੱਤਾ ਹੈ اسلامਾਬਾਦ ਸੈਕਿੰਡ ਹੈਗਾ ਅੰਮ੍ਰਿਤਸਰ ਥਰਡ ਦਿੱਤਾ ਹੈ ਸਿਆਲਕੋਟ ਤੇ ਫੋਰਥ ਦਿੱਤਾ ਜੀ ਲਾਹੌਰ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪੰਜਾਬ ਦੀ ਜਿਹੜੀ ਰਾਜਧਾਨੀ ਸੀ ਉਹ ਸੀ ਜੀ ਲਾਹੌਰ অপশন ডি ਹੈ ਜਿਹੜਾ ਇਸ ਕੁਐਸਚਨ ਦਾ ਆਪਣਾ கரੈਕਟ ਹੋ ਜਾਵੇਗਾ। ਹਾਂਜੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਵੀਡੀਓ ਦੀ ਜਿਹੜੀ ਨਵੀਂ ਨੋਟੀਫਿਕੇਸ਼ਨ ਹੋ ਉਹ ਟਾਈਮ ਨਾਲ ਮਿਲ ਸਕੇ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ।